ਦਾ ਹੀ ਤੇ ਉਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੋਨ ਸਿੰਘ ਖਾਲਸਾ ਇਤਿਹਾਸਕਾਰ ਮੇਰਾ ਫੋਨ ਨੰਬਰ 6478549038 ਹੈ ਅੱਜ ਮੈਂ ਗੱਲ ਕਰਨੀ ਹੈ ਜਿਹੜੇ ਸਟੂਡੈਂਟ ਇੰਡੀਆ ਵਾਲੇ ਪੰਜਾਬ ਤੋਂ ਕੈਨੇਡਾ ਆਉਂਦੇ ਨੇ ਮੈਨੂੰ ਕੁਝ ਸਟੂਡੈਂਟ ਮਿਲੇ ਜਿਹੜੇ ਦਸੰਬਰ ਤੋਂ ਆਏ ਹੋਏ ਨੇ ਅਜੇ ਤੱਕ ਕੰਮ ਨਹੀਂ ਮਿਲਿਆ ਇੱਥੇ ਦੀਆਂ ਸਰਕਾਰੀ ਰਿਪੋਰਟਾਂ ਦੇ ਮੁਤਾਬਕ ਬ੍ਰੈਂਪਟਨ ਦੇ ਵਿੱਚ 1 ਲੱਖ 20 ਹਜ਼ਾਰ ਸਟੂਡੈਂਟ ਹੈ ਟ੍ਰਾਂਟੋ ਮਿਸਿਸਾਗਾ ਓਕਬਿਲ ਇਟੋਬੀ ਕੋਮਲਾ ਕਿ ਲਗਭਗ 2 ਲੱਖ ਸਟੂਡੈਂਟਸ ਰਹਿ ਰਹੇ ਨੇ ਔਰ ਉਹਨਾਂ ਵਿੱਚੋਂ 60% ਦੇ ਕੋਲ ਕੰਮ ਹੈ ਨਹੀਂ ਕੰਮ ਨਾ ਮਿਲਣ ਦਾ ਇਹ ਕਾਰਨ ਇਹ ਵੀ ਆ ਕਿ ਸਟੂਡੈਂਟ ਦੀ ਕਿਸੇ ਦੀ ਕਲਾਸ ਸੋਮਵਾਰ ਹੁੰਦੀ ਹੈ ਕਿਸੇ ਦੀ ਮੰਗਲਵਾਰ ਹੁੰਦੀ ਹੈ ਕਿਸੇ ਦੀ 3 ਵਜੇ ਸ਼ੁਰੂ ਹੁੰਦੀ ਹੈ ਕੰਪਨੀਆਂ ਤਾਂ ਕੰਮ ਆਪਣੇ ਹਿਸਾਬ ਨਾਲ ਲੈਣਾ ਸਟੂਡੈਂਟ ਨੂੰ ਕੰਮ ਸਟੂਡੈਂਟ ਦੇ ਹਿਸਾਬ ਨਾਲ ਚਾਹੀਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਦੋ ਬੱਚੇ ਮੈਨੂੰ ਪਹਿਲਾਂ ਮਿਲੇ ਜਿਹੜੇ 3 ਮਹੀਨੇ ਤੋਂ ਸਿਰਫ ਮੈਗੀ ਦਾ ਇੱਕ ਪੈਕਟ ਖਾਟਰ ਪਜਾਣਾ ਕਰਦੇ ਸੀ ਹੁਣ ਇੱਕ ਬੱਚਾ ਮਿਲਿਆ ਜਿਹਨੇ ਪਿਛਲੇ 2 ਮਹੀਨੇ ਤੋਂ ਇੱਕ ਬਰੈਡ ਦਾ ਪੈਕਟ ਜਿਹੜਾ ਹਫ਼ਤਾ ਕੱਢਦਾ ਸੀ ਮਤਲਬ ਇੱਕ ਆਟਾ ਬਹੁਤਾ ਮਹਿੰਗਾ ਨਹੀਂ 20 ਡਾਲਰ ਦਾ ਪੈਕਟ ਆਉਂਦਾ ਪਹਿਲਾਂ ਤਾਂ ਚਲੋ 10 ਡਾਲਰ ਦਾ ਮਿਲਦਾ ਹੁੰਦਾ ਹੁਣ 20 ਡਾਲਰ ਦਾ ਹੋ ਗਿਆ ਆਟਾ ਲੈਣ ਦੇ ਵੀ ਪੈਸੇ ਉਹਦੇ ਕੋਲ ਨਹੀਂ ਸੀ ਬੱਸਾਰੇ ਬੱਚਿਆਂ ਦੀ ਫੀਸ ਦਿੱਤੀ ਇੱਕ ਸਟੂਡੈਂਟ ਰਾਤ ਨੂੰ ਐਮਰਜੈਂਸੀ ਲੜਕੀ ਬਿਮਾਰ ਹੋ ਗਈ ਉਹਨੂੰ ਹਸਪੀਟਲ ਲਗਾਏ ਉਹਦਾ ਇਨਸ਼ੋਰੈਂਸ ਹੈ ਨਹੀਂ ਸੀ 1000 ਡਾਲਰ ਉਹਦਾ ਭਰਿਆ ਡਿਲੀਵਰੀ ਵਾਲੇ ਕੇਸ 6 7 ਕਰਵਾ ਦਿੱਤੇ ਆ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਇੱਕ ਤੇ ਅਸੀਂ ਕਰਜ਼ਾ ਲੈ ਕੇ ਬੱਚੇ ਭੇਜਦੇ ਆ ਬਾਹਰ ਮਹਿੰਗੇ ਵਿਆਸਤੇ ਥੋੜਾ ਖਾ ਲਓ ਬੱਚਿਆਂ ਨੂੰ ਸਟ्रेस ਨਾ ਦਿਓ ਇੱਥੋਂ ਕਾਫੀ ਬੱਚੇ ਇੰਡੀਆ ਜਿਨ੍ਹਾਂ ਦੇ ਘਰਾਂ 'ਚ ਗੁંજائش ਸੀ ਉਹ ਵਾਪਸ ਵੀ ਮੁੜ ਗਏ ਆ ਕੋਸ਼ਿਕ ਮਾਪੇ ਬੱਚਿਆਂ ਕੋ ਇੱਥੇ ਮਰ ਜਾਇਓ ਪਰ ਵਾਪਸ ਨਾ ਆਇਓ ਮੈਨੂੰ ਪਤਾ ਤੁਹਾਡਾ ਵੀ ਜਿਹੜਾ ਬਾਲਵਾਲ ਕਰਜੇ ਚ ਬੰਨਿਆ ਹੋਇਆ ਪਰ ਉਸ ਗੰਜੇ ਦੇ ਕਰਕੇ ਬੱਚਿਆਂ ਦੀ ਜਾਨ ਦਾ ਖੌ ਨਾ ਬਣੋ ਇੱਥੇ ਹੁਣ ਤਾਂ ਚਲੋ ਅਸੀਂ ਕੰਟਰੋਲ ਕੀਤਾ ਮਹੀਨੇ ਚ 8 ਬੱਚਿਆਂ ਦੀ ਕਿਸੇ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਸੀ ਕਦੀ ਕਿਸੇ ਦੀ ਕਿਸ ਤਰ੍ਹਾਂ ਮੌਤ ਹੋ ਜਾਂਦੀ ਸੀ ਬਹੁਤ ਸਾਰੇ ਕੇਸ ਇਦਾਂ ਦੇ ਆਏ ਹੁਣ ਵੀ ਇੱਕ ਲੜਕਾ ਤਿੰਨ ਚਾਰ ਦਿਨ ਪਹਿਲਾਂ ਤੇ ਇੱਕੋ ਤੋਂ ਤਿੰਨ ਚਾਰ ਦਿਨ ਪਹਿਲਾਂ ਦੋਨੋਂ ਹਾਰਟ ਅਟੈਕ ਦੇ ਕੇਸ ਐ ਜੀ ਇਸ ਕਰਕੇ ਕੈਨੇਡਾ ਵਿੱਚ ਕੰਮ ਬਿਲਕੁਲ ਹੈ ਨਹੀਂ ਲੀਜ਼ ਬਦਨ ਦੇ ਨਾਲ ਮਾਲਕਾਂ ਦੀ ਵੀ ਮਜਬੂਰੀ ਆ ਲੈਂਡਲੋਰਡ ਦੀ ਮਨਜ਼ੂਰੀ ਆ ਉਹਨੂੰ ਵੀ ਜਿਹੜਾ ਰੈਂਟ ਵਧਾਉਣਾ ਪੈ ਗਿਆ ਬੈਂਕਾਂ ਦਾ ਇੰਟਰਸਟ ਵੱਧ ਗਿਆ ਖਰਚੇ ਬਹੁਤ ਵੱਧ ਗਏ ਨੇ ਮਹਿੰਗਾਈ ਬਹੁਤ ਵੱਧ ਗਈ ਹੈ ਕਾਲਜਾਂ ਦੀਆਂ ਫੀਸਾਂ ਵੱਧ ਗਈਆਂ ਨੇ ਬੱਸ ਕਰਾ ਚਲੋ ਬਹੁਤਾ ਵੱਧਾ ਨਹੀਂ ਹੋਇਆ ਪਰ ਕੁਝ ਸੈਂਟ ਦਾ ਵੱਧਾ ਉਹਦੇ 'ਚ ਵੀ ਹੋਇਆ ਹੈ ਗਰੋਸਰੀ 'ਚ ਵੀ ਵੱਧਾ ਹੋਇਆ ਹੈ ਇਸ ਕਰਕੇ ਦੋਨੋਂ ਹੱਥ ਛੋੜ ਕੇ ਬੇਨਤੀ ਹੈ ਜੇ ਤੁਹਾਡੇ ਕੋਲ ਪਿੱਛੋਂ ਬੱਚੇ ਨੂੰ ਸਪੋਰਟ ਕਰਨ ਦੀ ਹਿੰਮਤ ਨਹੀਂ ਆਪਣੇ ਬੱਚੇ ਕੈਨੇਡਾ ਦੇ ਵਿੱਚ ਭੇਜਣ ਤੋਂ ਤੋਬਾ ਕਰ ਲਓ ਇੱਥੇ ਬਿਲਕੁਲ ਕੰਮ ਨਹੀਂ ਹੈ ਇੱਥੇ ਬਹੁਤ ਬੱਚੇ ਫਿਰ ਗਲਤ ਕੰਮ ਕਰਨ ਲੱਗ ਪੈਂਦੇ ਨੇ ਮਾਫ ਕਰਨਾ ਮੈਨੂੰ ਇਹ ਗੱਲਾਂ ਕਹਿਣੀਆਂ ਪੈਣੀਆਂ ਨੇ ਕਾਰਚੋਰੀ ਚ ਫੜੇ ਗਏ ਉੱਚੋਂ ਬਹੁਤੇ ਸਾਡੇ ਸੀ ਹੁਣ ਫੇਰ ਫੜੇ ਗਏ ਕੁਛ ਫੇਰ ਅਫੇਰੀਆਂ ਕਰਦੇ ਉੱਚੋਂ ਵੀ ਬਹੁਤੇ ਸਾਡੇ ਸੀ ਕਿਤੇ ਇਹ ਨਾ ਹੋਵੇ ਕਿ ਇੱਥੇ ਪੰਜਾਬੀ ਕਮਿਊਨਿਟੀ ਨੂੰ ਇੱਕ ਕ੍ਰਾਈਮ ਦੀ ਨਜ਼ਰ ਨਾਲ ਦੇਖਣ ਲੱਪਣਗੇ ਤਾਂ ਕ੍ਰਾਈਮ ਕਰਨਾ ਆਉਂਦੇ ਨੇ ਤੇ ਜਰਾ임 ਪੇਸ਼ਾ ਨੇ ਜੀ ਇਦਾਂ ਦੀਆਂ ਗਲਤੀਆਂ ਮਾਫ ਕਰਨਾ ਮੈਂ ਆਪਣੇ ਲਫ਼ਜ਼ਾਂ ਨੂੰ ਸੰਕੋਚਵੇ ਸ਼ਬਦਾਂ 'ਚ ਬੱਚੇ ਹੋਰ ਬੱਚ ਬੱਚੀਆਂ ਗਲਤ ਕੰਮ ਵੀ ਕਰਦੇ ਨੇ ਬਹੁਤਾ ਕੁਝ ਕਹਿ ਨਹੀਂ ਸਕਦਾ ਪਰ ਕੈਨੇਡਾ ਜਿੰਦੇ ਕੋਲ ਕੰਮ ਹੈ ਨਹੀਂ ਉਹਦੀ ਕੋਈ ਜ਼ਿੰਦਗੀ ਨਹੀਂ ਹੈ ਮੈਂ ਕੰਮ ਕਰਦਾ ਜੀ 50 ਘੰਟੇ ਕੰਮ ਕਰਦਾ ਹਜ਼ਾਰ ਡਾਲਰ ਤੋਂ ਜ਼ਿਆਦਾ ਮਿਲਦਾ ਗੁਰਦੁਆਰਿਆਂ ਚ ਕਥਾ ਵੀ ਕਰਨਾ ਜੀ ਅਮਰੀਕਾ ਲੈਕਚਰ ਵੀ ਕਰਨਾ ਜਿੰਨੀ ਮੇਰੀ ਕਮਾਈ ਹੈ ਮੈਂ ਹੱਥ ਜੋੜ ਕੇ ਬੱਚਿਆਂ ਤੇ ਲਾ ਦੇਣਾ ਗਰੋਸਰੀ ਦੇ ਦੇਣਾ ਫੀਸ ਵੀ ਦਿੱਤੀ ਹੈ ਬੱਚੇ ਪੈਸੇ ਮੋੜਦੇ ਵੀ ਨਹੀਂ ਅਸੀਂ ਫਿਰ ਵੀ ਪਰਵਾਹ ਨਹੀਂ ਕਰਦੇ ਪਰ ਮਾਫ ਕਰਿਓ ਇਸ ਤੋਂ ਔਖੀ ਜ਼ਿੰਦਗੀ ਕੋਈ ਨਹੀਂ ਬੱਚੇ ਸਟ्रेस ਦੇ ਵਿੱਚ ਨਹੀਂ 28 ਬੱਚਿਆਂ ਦਾ ਇਲਾਜ ਕਰਵਾਇਆ ਮੈਂ ਜਿਹੜੇ ਡਿਪਰੈਸ ਹੋ ਕੇ ਘਰਾਂ ਦੇ ਅੰਦਰ ਬੰਦ ਸੀ ਇੱਕ ਲੜਕਾ ਜਿਹੜਾ ਜੰਗਲਾਂ ਚ ਰਹਿੰਦਾ ਸੀ ਡਿਪਰੈਸ ਹੋ ਕੇ ਨਸ਼ੇ ਕਰਨ ਲੱਗ ਪਿਆ ਸੀ ਉਹਨੂੰ ਜੰਗਲ ਤੋਂ ਲਿਆ ਕੇ ਇਲਾਜ ਕਰਵਾਇਆ ਇੱਕ ਲੜਕੀ পাগল ਹੋ ਕੇ ਸਰਕਾਂ ਤੇ ਘੁੰਮਦੀ ਸੀ ਫਰੋਜ਼ਪੁਰ ਜਿਲੇ ਦੀ ਸੀ ਉਹਦੇ ਕੋਲ ਪਾਸਪੋਰਟ ਵੀ ਹੈ ਨਹੀਂ ਸੀ ਮੈਨੂੰ 3 ਮਹੀਨੇ ਲੱਗੇ ਪਹਿਲਾਂ ਆਪਣੇ ਕੋਲ ਰੱਖਿਆ ਫਿਰ ਮਾਰਕੀਟ ਕਰਨ ਲੱਗ ਪਈ ਫਿਰ ਉਹਨੂੰ ਸ਼ੈਲਟਰ ਹਾਊਸ ਭੇਜਿਆ ਫਿਰ ਉਹਦੀ ਟਿਕਟੋ ਦੇ ਰਿਸ਼ਤੇਦਾਰਾਂ ਨੇ ਭੇਜੀ ਤੇ ਉਹਨੂੰ ਇੰਡੀਆ ਭੇਜਿਆ ਇੱਕ ਕੇਸ ਹੋਵੇ ਤਾਂ ਦੱਸਾਂ ਦਰਜਣਾ ਹੁਣ ਦੱਸਾਂ ਸੈਂਕੜਿਆਂ ਦੀ ਤਦਾਦ ਵਿੱਚ ਨਹੀਂ ਹਜ਼ਾਰਾਂ ਦੀ ਤਦਾਦ ਵਿੱਚ ਕੇਸ ਆ ਕੁਝ ਗੱਲਾਂ ਸਾਹਮਣੇ ਨਹੀਂ ਆਉਂਦੀਆਂ ਇਸ ਕਰਕੇ ਬਰਾਏ ਮਿਹਰਬਾਨੀ ਕੈਨੇਡਾ ਉਨ ਤੋਂ ਬੱਚਾ ਭੇਜਣ ਤੋਂ ਪਹਿਲਾਂ 10 ਵਾਰੀ ਸੋਚਿਓ ਅੱਜ ਬੜਾ ਅੱਕ ਕੇ ਮੈਂ ਵੀਡੀਓ ਪਾਉਣ ਲੱਗਿਆ ਐ ਕਿਉਂਕਿ ਕਿੰਨੇ ਫੋਨ ਮੈਨੂੰ ਕੱਲ ਦੇ ਜੌਬ ਦੇ ਲਈ ਮੈਂ ਸਿਰਫ Amazon ਦਾ ਕੋਡ ਦੇਣਾ ਸੀ ਵੀ ਐਸ ਕੋਡ ਤੇ ਸ਼ੁੱਕਰਵਾਰ ਨੂੰ ਜਿਹੜੀ ਵੈਕੈਂਸੀਆਂ Amazon ਕੱਢਦੀ ਆ ਉਹਤੇ ਅਪਲਾਈ ਕਰ ਲਿਓ ਯਕੀਨ ਕਰਿਓ 100 ਤੋਂ ਜ਼ਿਆਦਾ ਫੋਨ ਮੈਨੂੰ ਆ ਚੁੱਕੇ ਨੇ ਔਰ ਹਜੇ ਵੀ ਆਈ ਜਾਣੇ ਇਸ ਮਸਾਲੇ ਨੂੰ ਕੋਡ ਤੇ ਜੀ ਜਨਾ ਹੁਣ Amazon ਕੋਲ ਵੀ ਤੇ ਲਿਮਟਡ ਨੌਕਰੀਆਂ ਨੇ 100 ਨੂੰ ਦੇ ਦੂਗੇ 200 ਨੂੰ ਦੇ ਦੂਗੇ 500 ਨੂੰ ਦੇ ਦੂਗੇ ਲੇਕਿਨ 2 ਲੱਖ ਨੂੰ ਕਦੀ ਦੇਣ ਲੱਗੇ ਨਾ ਏਜੰਸੀਆਂ ਕੋਲ ਗੱਲ ਕਰਦੇ ਏਜੰਸੀਆਂ ਕਹਿੰਦੇ ਨੇ ਖਾਲਸਾ ਜੀ ਹੁਣ ਸਾਡੇ ਕੋਲ ਕੰਮ ਹੈ ਨਹੀਂ ਕੰਮ ਆਊਗਾ ਤੁਹਾਨੂੰ ਦੱਸਦੇ ਆਂਗੇ ਪਿਛਲੇ ਸਾਲ ਮੈਂ 600 ਬੱਚਾ ਕੰਮ ਤੇ ਲਵਾਇਆ ਸੀ ਆ ਅੱਧਾ ਸਾਲ ਮੁੱਕ ਚੱਲਿਆ ਹਜੇ ਤੱਕ ਮੇਰੇ ਕੋਲ 100 ਬੱਚੇ ਕੰਮ ਤੇ ਨਹੀਂ ਲਵਾ ਹੋਏ ਗਰੋਸਰੀ ਭਰੀ ਪਈ ਆ ਜਿਹੜਾ ਮੰਗਦਾ ਗਿਆ ਉਹਨੇ ਆ ਮੇਰੇ ਨਾਲ ਜਿਹੜੇ 16 17 ਨੌਜਵਾਨ ਬੱਚੇ ਬੱਚੀਆਂ ਕੰਮ ਕਰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਆ ਇੱਕ ਇੱਕ ਏਰੀਆ ਵੰਡਿਆ ਹੋਇਆ ਗਰੋਸਰੀ ਦੇ ਨੇ ਬਿੰਡਸਰ 8000 ਡਾਲਰ ਦੀ ਗਰੋਸਰੀ ਭੇਜੀ ਆ ਜਿਹੜਾ 8000 ਡਾਲਰ ਮੇਰੇ ਕਿਸੇ ਰਿਸ਼ਤੇਦਾਰ ਨੇ ਭੇਕੀਤਾ ਫ ਦਸੋ ਕੀ ਕਰ ਲਈਏ 8000 ਡਾਲਰ ਇੱਕ ਵੱਡਾ ਅਮਾਉਂਟ ਹੈ ਮੇਰੇ ਲਈ ਤਾਂ ਬਹੁਤ ਵੱਡਾ ਮੋਟਾ ਜੀ ਮਾਫ ਕਰਨਾ ਵੀਡੀਓ ਲੰਮੀ ਹੋ ਜਾਂਦੀ ਹੈ ਮਾਫੀ ਚਾਹੁੰਨਾ ਪਰ ਕੈਨੇਡਾ ਬੱਚੇ ਪੈਦਨ ਤੋਂ ਭੇਜਣ ਤੋਂ ਪਹਿਲਾਂ ਸਟੱਡੀ ਦੇ ਲਈ 100 ਵਾਰੀ ਸੋਚਿਆ ਜੀ ਤੁਹਾਡੇ ਰਿਸ਼ਤੇ ਦਾ ਤੁਹਾਨੂੰ ਗਾਰੰਟੀ ਦੇਣਗੇ ਅਸੀਂ ਬੱਚਾ ਸੰਭਾਲਾਂਗੇ ਕੰਮ ਤੇ ਲਵਾਵਾਂਗੇ ਤਾਂ ਹੀ ਭੇਜਿਓ ਉਦਾਂ ਫਿਰ ਰਿਸ਼ਤੇਦਾਰ ਵੀ ਬਾਤ ਕਰੋਂ ਕਰ ਦਿੰਦੇ ਨੇ ਦੋ ਚਾਰ ਦਿਨ ਰੱਖ ਕੇ ਵੀ ਤੈਨੂੰ ਕਮਰਾ ਲੈ ਦਿੰਦੇ ਆ ਉੱਥੇ ਜਾ ਆਪਣਾ ਕਿਰਾਇਆ ਭੇ ਕਰੀ ਆਪਣੀ ਕਰੋਸੀ ਆ ਆਪਣੀ ਸਾਰਾ ਕੁਝ ਆਪ ਕਰੀਂ ਜੀ ਮੈਂ ਕੰਮ ਤੋਂ ਆਇਆ ਸੀ